ਡਾਕਟਰ ਨਰਿੰਦਰ ਸਿੰਘ ਕਪੂਰ ਜੀ ਕਿਤਾਬ ਖਿੜਕੀਆਂ ਮਦਰ ਟ੍ਰੈਸਾ ਕਹਿ ਰਹੀ ਸੀ ਜਦੋਂ ਤੂਫਾਨ ਪੋਚਾਲ ਆਉਂਦਾ ਹੈ ਤਾਂ ਮੇਰੇ ਵਿੱਚ ਲੋੜਵੰਦਾਂ ਲਈ ਕਰੋੜਾਂ ਰੁਪਏ ਇਕੱਠੇ ਕਰਨ ਦੀ ਹਿੰਮਤ ਜਾਗ ਪੈਂਦੀ ਹੈ ਪਰ ਜਦੋਂ ਮੈਨੂੰ ਪੈਸੇ ਦੀ ਨਿੱਜੀ ਲੋੜ ਪੈਂਦੀ ਹੈ ਤਾਂ ਮੇਰੇ ਕੋਲ ਬਿਜਲੀ ਦਾ ਬਿੱਲ ਦੇਣ ਦੇ ਵੀ ਪੈਸੇ ਨਹੀਂ ਹੁੰਦੇ ਲੋਕਾਂ ਵਾਸਤੇ ਮੈਂ ਕਰੋੜਾਂ ਰੁਪਏ ਇਕੱਠੇ ਕਰ ਸਕਦੀ ਹਾਂ ਇਹ ਬੜਾ ਸੌਖਾ ਕੰਮ ਹੈ ਕਿਉਂਕਿ ਇਸ ਵਿੱਚ ਸਵਾਰਥ ਨਹੀਂ ਹੁੰਦਾ ਮਦਰ ਟ੍ਰੈਸਾ ਨੇ ਲੱਖਾਂ ਬੁਝੇ ਹੋਏ ਦੀਵਿਆਂ ਵਿੱਚ ਆਸ ਦਾ ਤੇਲ ਪਾਇਆ ਸੀ ਡਿੱਗੇ ਹੋਇਆਂ ਨੂੰ ਚੁੱਕਿਆ ਸੀ ਕੋੜੀਆਂ ਨੂੰ ਸੰਭਾਲਿਆ ਸੀ ਨਾਂ ਆਸਰਿਆਂ ਨੂੰ ਆਸਰਾ ਦਿੱਤਾ ਉਹ ਖਾਲੀ ਹੱਥ ਆਈ ਸੀ ਉਹ ਖਾਲੀ ਹੱਥ ਚਲੀ ਗਈ ਪਰ ਉਸਦੇ ਜਾਣ ਤੇ ਸਾਰਾ ਸੰਸਾਰ ਰੋਇਆ ਸੀ ਉਸ ਨੇ ਮੌਤ ਦੇ ਅਖਾੜੇ ਵਿੱਚ ਜ਼ਿੰਦਗੀ ਦੀ ਬਾਜ਼ੀ ਲਾਈ ਸੀ ਉਹ ਜਿੱਤੀ ਸੀ ਅਤੇ ਜਿੱਤ ਕੇ ਮੈਦਾਨ ਹੋਰਾਂ ਲਈ ਛੱਡ ਗਈ ਸੀ ਜਦੋਂ ਉਹ ਬਿਮਾਰ ਪੈ ਗਈ ਤਾਂ ਉਸ ਦੀ ਦੇਖਭਾਲ ਲਈ ਇੱਕ ਨਰਸ ਰੱਖੀ ਗਈ ਨਰਸ ਉਸ ਦਾ ਉਤਨਾ ਧਿਆਨ ਨਹੀਂ ਰੱਖਦੀ ਸੀ ਜਿੰਨਾ ਉਹ ਨਰਸ ਦਾ ਰੱਖਦੀ ਸੀ ਪਤਾ ਹੀ ਨਹੀਂ ਸੀ ਲੱਗਦਾ ਕਿ ਬਿਮਾਰ ਕੌਣ ਸੀ ਅਤੇ ਨਰਸ ਕੌਣ ਸੀ ਨੈਕਸਟ ਇੱਕ ਜਰਨਲ ਨੇ ਕਿਹਾ ਪੈੜੀ ਖਬਰ ਹੈ ਫੌਜ ਹਾਰ ਰਹੀ ਹੈ ਦੂਜਾ ਜਰਨਲ ਬੋਲਿਆ ਮੇਰੀ ਖਬਰ ਤਾਂ ਤੇਰੀ ਖਬਰ ਨਾਲੋਂ ਵੀ ਪੈੜੀ ਹੈ ਤੇਰੀ ਖਬਰ ਕੀ ਹੈ ਮੇਰੀ ਖਬਰ ਹੈ ਕਮਾਂਡਰ ਹੌਂਸਲਾ ਛੱਡ ਰਿਹਾ ਹੈ ਨੈਕਸਟ ਅਰਦਾਸ ਕਰਦੇ ਹਾਂ ਅਸੀਂ ਪਰਮਾਤਮਾ ਨੂੰ ਬੇਨਤੀ ਨਹੀਂ ਕਰਦੇ ਉਸ ਨੂੰ ਸਮਝਾਉਣ ਲੱਗ ਪੈਂਦੇ ਹਾਂ ਮੇਰੇ ਹੀ ਨਾਂ ਵਾਲਾ ਮੇਰਾ ਇੱਕ ਮਿੱਤਰ ਸੀ ਅਸੀਂ ਦੋਵੇਂ ਬੀਏ ਦੇ ਵਿਦਿਆਰਥੀ ਸਾਂ ਮੇਰੇ ਮਿੱਤਰ ਦੇ ਪਿਤਾ ਨੇ ਆਪਣੇ ਇਕਲੌਤੇ ਪੁੱਤਰ ਦੀ ਪ੍ਰੀਖਿਆ ਵਿੱਚ ਸਫਲਤਾ ਲਈ ਅਖੰਡ ਪਾਠ ਸਹਿਬ ਕਰਵਾਇਆ ਜਦੋਂ ਭੋਗ ਪ੍ਰੰਤ ਅਰਦਾਸ ਹੋ ਰਹੀ ਸੀ ਤਾਂ ਮੈਂ ਵੀ ਉੱਥੇ ਹਾਜ਼ਰ ਸਾਂ ਅਰਦਾਸ ਕਰਦਿਆਂ ਭਾਈ ਸਾਹਿਬ ਕਹਿ ਰਹੇ ਸਨ ਹੇ ਵਾਹਿਗੁਰੂ ਕਾਕਾ ਨਰਿੰਦਰ ਸਿੰਘ ਨੂੰ ਪ੍ਰੀਖਿਆ ਵਿੱਚ ਸਫਲਤਾ ਬਖਸ਼ਨੀ ਕਲਮ ਉਸ ਦੇ ਹੱਥ ਵਿੱਚ ਹੋਵੇਗੀ ਸਹੀ ਉੱਤਰ ਲਿਖਣ ਦੀ ਉਸ ਨੂੰ ਤੁਸੀਂ ਸਮੱਤ ਦੇਣੀ ਪ੍ਰੀਖਿਆ ਦੌਰਾਨ ਨਰਿੰਦਰ ਸਿੰਘ ਦੇ ਅੰਗ ਸੰਗ ਸਹਾਈ ਹੋਣਾ ਅਤੇ ਨਰਿੰਦਰ ਸਿੰਘ ਦੇ ਸਿਰ ਤੇ ਆਪਣੀ ਮਿਹਰ ਦਾ ਹੱਥ ਰੱਖਣਾ ਅਸੀਂ ਦੋਵੇਂ ਮਿੱਤਰ ਉਸ ਸਮੇਂ ਨਾਲ-ਨਾਲ ਖਲੋਤੇ ਸਾਂ ਮੇਰੇ ਮਿੱਤਰ ਦੇ ਪਿਤਾ ਨੂੰ ਪਤਾ ਨਹੀਂ ਸੀ ਕਿ ਸੁਜੀ ਉਸਨੇ ਭਾਈ ਸਾਹਿਬ ਨੂੰ ਕਿਹਾ ਨਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਦੀ ਸਫਲਤਾ ਦੀ ਅਰਦਾਸ ਕਰੋ ਨੈਕਸਟ ਅਕਬਰ ਨੇ ਤਾਨ ਸ਼ੈਨ ਦਾ ਸੰਗੀਤ ਸੁਣਿਆ ਤਾਂ ਸੋਚਿਆ ਕਿ ਜੇ ਸਿਗਰਦ ਇਤਨਾ ਚੰਗਾ ਗਾ ਸਕਦਾ ਹੈ ਤਾਂ ਉਸਤਾਦ ਕਿਹੋ ਜਿਹਾ ਹੋਵੇਗਾ ਅਕਬਰ ਤਾਨ ਸ਼ੈਨ ਦੇ ਉਸਤਾਦ ਹਰੀਦਾਸ ਕੋਲ ਗਿਆ ਜਦੋਂ ਹਰੀਦਾਸ ਨੇ ਭਗਵਾਨ ਦੀ ਉਸਤਤ ਵਿੱਚ ਗਾਇਆ ਤਾਂ ਅਕਬਰ ਤੇ ਜਾਦੂ ਹੋ ਗਿਆ ਅਤੇ ਉਹ ਚੂਮਣ ਲੱਗ ਪਿਆ ਉਸਤਾਦ ਦਾ ਸੰਗੀਤ ਸੁਨਣ ਉਪਰੰਤ ਅਕਬਰ ਨੇ ਤਾਨ ਸ਼ੈਨ ਨੂੰ ਪੁੱਛਿਆ ਕਿ ਕੀ ਗੱਲ ਹੈ ਤੇਰਾ ਸੰਗੀਤ ਇਹ ਬੁਲੰਦੀਆਂ ਕਿਉਂ ਨਹੀਂ ਛੂੰਦਾ ਤਾਨ ਸ਼ੈਨ ਨੇ ਕਿਹਾ ਕਾਰਨ ਬੜਾ ਸਪਸ਼ਟ ਹੈ ਮੈਂ ਇੱਕ ਬਾਦਸ਼ਾਹ ਵਾਸਤੇ ਗਾਉਂਦਾ ਹਾਂ ਮੇਰਾ ਮੁਰਸ਼ਿਦ ਬਾਦਸ਼ਾਹਾਂ ਦੇ ਬਾਦਸ਼ਾਹ ਪਰਮਾਤਮਾ ਲਈ ਗਾਉਂਦਾ ਹੈ ਨੈਕਸਟ ਸੰਸਾਰ ਵਿੱਚ ਜਿੱਥੇ ਵੀ ਖੇਤੀਬਾੜੀ ਜੀਵਨ ਦੀ ਮੁੱਖ ਟਿਕ ਹੈ ਉੱਥੇ ਜਾਤ ਪਾਤ ਹੈ ਅਤੇ ਜਿੱਥੇ ਵੀ ਜਾਤ ਪਾਤ ਹੈ ਉੱਥੇ ਆਪਣੇ ਉੱਚੇ ਹੋਣ ਦਾ ਆਨੰਦ ਨਹੀਂ ਮਾਨਿਆ ਜਾਂਦਾ ਉੱਥੇ ਹੋਰਾਂ ਨੂੰ ਆਪਣੇ ਤੋਂ ਨੀਵੇਂ ਸਿੱਧ ਕਰਨ ਦੀ ਤਸੱਲੀ ਹੀ ਲਈ ਜਾਂਦੀ ਹੈ ਭਾਰਤ ਵਿੱਚ ਪੰਜਾਬ ਵਿੱਚ ਹੋਰਾਂ ਨੂੰ ਆਪਣੇ ਤੋਂ ਨੀਵੇਂ ਸਿੱਧ ਕਰਨਾ ਸਭ ਤੋਂ ਵੱਡਾ ਮਨੋਰੰਜਨ ਹੈ ਪੰਜਾਬ ਵਿੱਚ ਜ਼ਗੀਰਦਾਰ ਵਿਸਵੇਦਾਰ ਨੂੰ ਆਪਣੇ ਤੋਂ ਨੀਵਾ ਸਮਝਦਾ ਹੈ ਬਿਸਵੇਦਾਰ ਜੈਲਦਾਰ ਨੂੰ ਆਪਣੇ ਤੋਂ ਨੀਵਾ ਗਿੰਦਾ ਹੈ ਜੈਲਦਾਰ ਨੰਬਰਦਾਰ ਨੂੰ ਆਪਣੇ ਤੋਂ ਨੀਵਾ ਦੱਸਦਾ ਹੈ ਨੰਬਰਦਾਰ ਆਮ ਜੱਟਾਂ ਨੂੰ ਆਪਣੇ ਤੋਂ ਨੀਵਾ ਐਲਾਨਦਾ ਹੈ ਆਮ ਜੱਟ ਮੁਜਾਰਿਆਂ ਨੂੰ ਨੀਵਾ ਸਮਝਦੇ ਹਨ ਅਤੇ ਮੁਜਾਰੇ ਨਾਈਆਂ ਸੀਂਬਿਆਂ ਤਰਖਾਨਾਂ ਥੋਬੀਆਂ ਕੁੰਮਿਆਰਾਂ ਤੇਲੀਆਂ ਲੋਹਾਰਾਂ ਜੁਲਾਹਿਆਂ ਨੂੰ ਨੀਵਾ ਦੱਸਦੇ ਹਨ ਐਵੇਂ ਹੀ ਭਾਰਤ ਵਿੱਚ ਸੰਿਆਸੀ ਗ੍ਰਹਿ ਸੱਥੀਆਂ ਨੂੰ ਸ਼ੈਰੀ ਪਿੰਡੂਆਂ ਨੂੰ ਪਰਿਵਾਰ ਵਾਲੇ ਛੜਿਆਂ ਨੂੰ ਸੰਤ ਸਾਧਾ ਨੂੰ ਨੀਮਾ ਦੱਸਦੇ ਹਨ ਇਸ ਢੰਗ ਨਾਲ ਹੋਰਾਂ ਨੂੰ ਤਾਂ ਨੀਵੇਂ ਸਿੱਧ ਕਰ ਦਿੱਤਾ ਜਾਂਦਾ ਹੈ ਪਰ ਇਸ ਨਾਲ ਕੋਈ ਵੀ ਆਪ ਉੱਚਾ ਸਿੱਧ ਨਹੀਂ ਹੁੰਦਾ ਨੈਕਸਟ ਪਲੇਟੋ ਨੇ ਦੱਸਿਆ ਸੀ ਕਿ ਪਹਿਲਾ ਪੁਰਸ਼ ਇਸਤਰੀ ਜੁੜੇ ਹੋਏ ਸਨ ਉਹ ਮੁਕੰਮਲ ਸਨ ਉਹ ਸੰਪੂਰਨ ਸਨ ਫਿਰ ਪ੍ਰਮਾਤਮਾ ਨੇ ਵੱਖ-ਵੱਖ ਕਰ ਦਿੱਤੇ ਸਨ ਉਦੋਂ ਤੋਂ ਹਰੇਕ ਅੱਧ ਆਪਣੇ ਦੂਜੇ ਅੱਧ ਨੂੰ ਲੱਭ ਰਿਹਾ ਹੈ ਵੱਖਰਾ ਹੋਇਆ ਅੱਧ ਨਹੀਂ ਮਿਲਦਾ ਹੋਰ ਹੋਰ ਅੱਧ ਮਿਲੀ ਜਾਂਦੇ ਹਨ ਸੋ ਸਦੀਮੀ ਝਟਕਣ ਜਾਰੀ ਰਹਿੰਦੀ ਹੈ ਜਿਹੜੀ ਕਦੇ ਨਹੀਂ ਮੁੱਕਦੀ ਕਦੇ ਨਹੀਂ ਮੁੱਕਣੀ ਨੈਕਸਟ ਜੁੱਦ ਵਿੱਚ ਹਥਿਆਰ ਨਹੀਂ ਪੈਂਤੜਾ ਮਹੱਤਵਪੂਰਨ ਹੁੰਦਾ ਹੈ ਨੇਪੋਲੀਅਨ ਨੇ ਜਦੋਂ 1812 ਈਸਵੀ ਵਿੱਚ ਰੂਸ ਤੇ ਹਮਲਾ ਕੀਤਾ ਤਾਂ ਉਸ ਨੂੰ ਰੂਸ ਦੀਆਂ ਫੌਜਾਂ ਨੇ ਨਹੀਂ ਹਰਾਇਆ ਉਸ ਨੂੰ ਰੂਸ ਦੀ ਠੰਡ ਨੇ ਹਰਾਇਆ ਜਦੋਂ ਇੱਕ ਤਿਹਾਈ ਫੌਜ ਮਾਰੀ ਜਾਵੇ ਉਸ ਧਿਰ ਨੂੰ ਹਾਰਿਆ ਸਮਝਿਆ ਜਾਂਦਾ ਹੈ ਨੇਪੋਲੀਅਨ ਨੂੰ ਜਿੱਤ ਤੋਂ ਸਿੱਖਣਾ ਕਰਨ ਲਈ ਰੂਸੀਆਂ ਨੇ ਉਸ ਦਾ ਮੁਕਾਬਲਾ ਕਰਨ ਦੀ ਥਾਂ ਉਸ ਨੂੰ ਅੱਗੇ ਵਧਣਾ ਬਦਨ ਦਿੱਤਾ ਅਤੇ ਰੂਸੀ ਆਪ ਪਿੱਛੇ ਹਟਦੇ ਗਏ ਨੇਪੋਲੀਅਨ ਰੂਸੀ ਇਲਾਕੇ ਤੇ ਕਬਜ਼ਾ ਕਰਕੇ ਬੈਠਾ ਰਿਹਾ ਅਤੇ ਸਤੰਬਰ ਵਿੱਚ ਕੀਤੇ ਜਾਣ ਵਾਲੇ ਵੱਡੇ ਹਮਲੇ ਦੀ ਤਿਆਰੀ ਵਿੱਚ ਰੁੱਝਿਆ ਰਿਹਾ ਜਦੋਂ ਨੇਪੋਲੀਅਨ ਨੇ ਸਤੰਬਰ ਵਿੱਚ ਹਮਲਾ ਕੀਤਾ ਤਾਂ ਰੂਸੀ ਹੋਰ ਪਿੱਛੇ हट ਗਏ ਨੇਪੋਲੀਅਨ ਹੋਰ ਅੱਗੇ ਚਲਾ ਗਿਆ ਜਦੋਂ ਠੰਡ ਨੇ ਜ਼ੋਰ ਫੜਿਆ برف ਕਾਰਨ ਰਸਤੇ ਬੰਦ ਹੋ ਗਏ ਸਪਲਾਈ ਜਾਰੀ ਨਾ ਰਹਿ ਸਕੀ ਤਾਂ ਬਰਫਾਨੀ ਹਨੇਰੀਆਂ ਅਤੇ ਬਰਫਵਾਰੀ ਕਾਰਨ ਨੇਪੋਲੀਅਨ ਦੇ 6 ਲੱਖ ਫੌਜੀਆਂ ਵਿੱਚੋਂ 5 ਲੱਖ ਫੌਜੀ ਮਾਰੇ ਗਏ ਜੁੱਧ ਦੀ ਇਹ ਘਟਨਾ ਸੰਸਾਰ ਦੀਆਂ 10 ਪ੍ਰਸਿੱਧ ਘਟਨਾਵਾਂ ਵਿੱਚੋਂ ਇੱਕ ਹੈ ਰੂਸ ਦੀ ਸਰਦੀ ਨੇ ਨੈਪੋਲੀਅਨ ਦਾ ਲੱਕ ਤੋੜ ਦਿੱਤਾ ਸੀ ਰੂਸੀਆਂ ਦਾ ਕੋਈ ਫੌਜੀ ਨੁਕਸਾਨ ਨਹੀਂ ਸੀ ਹੋਇਆ ਨੈਕਸਟ ਸੁਨੇਹਾਰੇ ਦੀ ਇੱਕ ਵੱਡੀ ਦੁਕਾਨ ਤੇ ਇੱਕ ਵਿਅਕਤੀ ਪਿਛਲੇ 30 ਸਾਲਾਂ ਤੋਂ ਕੰਮ ਕਰ ਰਿਹਾ ਸੀ ਉਹ ਨਾ ਕੇਵਲ ਸਭ ਤੋਂ ਪੁਰਾਣਾ ਕਰਮਚਾਰੀ ਸੀ ਸੰਗੋਂ ਸਭ ਤੋਂ ਵੱਧ ਵਿਸ਼ਵਾਸਪਾਤਰ ਵੀ ਸੀ ਮਾਲਕਾਂ ਨੇ ਰਾਤ ਨੂੰ ਦੁਕਾਨ ਦੇ ਅੰਦਰਲੇ ਅਤੇ ਬਾਹਰਲੇ ਸਾਰੇ ਜਿੰਦਰੇ ਲਾਉਣ ਦਾ ਕੰਮ ਉਸ ਨੂੰ ਸੰਭਾਲਿਆ ਹੋਇਆ ਸੀ ਇੱਕ ਵਾਰੀ ਉਸ ਦੇ ਮਨ ਵਿੱਚ ਬੇਈਮਾਨੀ ਆਈ ਅਤੇ ਉਸ ਰਾਤ ਉਸ ਨੇ ਇੱਕ ਦਰਵਾਜ਼ਾ ਬੰਦ ਨਾ ਕੀਤਾ ਅਤੇ ਰਾਤ ਵੇਲੇ ਉਹ ਉਸ ਦਰਵਾਜ਼ੇ ਰਾਹੀਂ ਅੰਦਰ ਆ ਗਿਆ ਅਤੇ ਚੋਰੀ ਦੀ ਨੀਅਤ ਨਾਲ ਕੁਝ ਸਮਾਨ ਇਕੱਠਾ ਕੀਤਾ ਬਾਜ਼ਾਰ ਵਿੱਚ ਅਜੇ ਆਵਾਜ਼ਾਈ ਜਾਰੀ ਸੀ ਉਸਨੇ ਸੋਚਿਆ ਕਿ ਸਵੇਰੇ ਹਨੇਰੇ ਵਿੱਚ ਉਹ 3-4 ਵਜੇ ਚੁੱਪਚੀਪੀਤੇ ਨਿਕਲ ਜਾਵੇਗਾ ਉਸ ਕੋਲ ਲਗਭਗ 4-5 ਘੰਟੇ ਦਾ ਸਮਾਂ ਸੀ ਪਹਿਲੀ ਰਾਤ ਵੀ ਉਹ ਚੋਰੀ ਕਰਨ ਬਾਰੇ ਸੋਚਦੇ ਰਹਿਣ ਕਾਰਨ ਸੌ ਨਹੀਂ ਸੀ ਸਕਿਆ ਆਰਾਮ ਕਰਨ ਦੀ ਨੀਅਤ ਨਾਲ ਉਹ ਲੰਮਾ ਪੈ ਗਿਆ ਅਤੇ ਉਸ ਨੂੰ ਨੀਂਦ ਆ ਗਈ ਅਤੇ ਉਹ ਸਵੇਰ ਤੱਕ ਸੁੱਤਾ ਹੀ ਰਿਹਾ ਜਦੋਂ ਸਵੇਰੇ ਮਾਲਕ ਆਏ ਤਾਂ ਉਹਨਾਂ ਨੇ ਵੇਖਿਆ ਉਹ ਨੌਕਰ ਸੁੱਤਾ ਪਿਆ ਸੀ ਅਤੇ ਕੋਲ ਬੰਨੀ ਹੋਈ ਪੋਟਲੀ ਪਈ ਸੀ ਉਹ ਫੜਿਆ ਗਿਆ ਇਹ ਘਟਨਾ ਸੁਣਾ ਕੇ ਮੈਂ ਨਵੀਂ ਪੀੜੀ ਦੇ ਆਪਣੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਉਸ ਨੌਕਰ ਨੇ ਕੀ ਗਲਤੀ ਕੀਤੀ ਸੀ ਸਾਰਿਆਂ ਨੇ ਕਿਹਾ ਉਸ ਨੂੰ ਸੌਣਾ ਨਹੀਂ ਸੀ ਚਾਹੀਦਾ ਕਿਸੇ ਇੱਕ ਨੇ ਵੀ ਨਾ ਕਿਹਾ ਕਿ ਉਸ ਨੂੰ ਚੋਰੀ ਨਹੀਂ ਸੀ ਕਰਨੀ ਚਾਹੀਦੀ ਧੰਨਵਾਦ